ਜੇ ਤੁਸੀਂ ਜਾਣਦੇ ਆ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਚੋਣਾਂ ਜਿਹੜੀਆਂ ਆ ਉਹਨਾਂ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਵਾਅਦਿਆਂ ਦੀਆਂ ਜਿਹੜੀਆਂ ਝੜੀਆਂ ਆ ਉਹ ਅਡਡ ਪਾਰਟੀਆਂ ਵੱਲੋਂ ਲਾਈਆਂ ਜਾ ਰਹੀਆਂ ਆ ਅੱਜ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਇੱਕ ਵਾਅਦਾ ਕੀਤਾ ਜਿਹੜਾ ਚੋਣ ਵਾਅਦਾ ਕੀਤਾ ਕਹਿੰਦੇ ਮੈਂ ਜੇ ਦੁਬਾਰਾ ਸੱਤਾ ਵਿੱਚ ਆਉਣਾ ਆ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਵੱਡੀਆਂ ਬੈਂਕਾਂ ਦੇ ਉੱਤੇ ਇਸ ਦੇ ਨਾਲ ਨਾਲ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਜਿਹੜਾ ਕਾਰਪੋਰੇਸ਼ਨ ਟੈਕਸ ਹੈਗਾ ਉਹ ਵਧਾ ਦੇਾਂਗੇ ਉਹ 3% ਤੱਕ ਵਧਾਉਣ ਦੀ ਗੱਲ ਉਹਨਾਂ ਨੇ ਕਹੀ ਆ ਜਿਹੜਾ ਕਿ ਹੁਣ 15% ਉਹ ਕਹਿੰਦੇ ਅਸੀਂ 18% ਕਰ ਦੇਾਂਗੇ ਇਸ ਤੋਂ ਜਿਹੜੀ ਇਕੱਠੀ ਹੋਈ ਧਨ ਰਾਸ਼ੀ ਤਕਰੀਬਨ 1 ਬਿਲੀਅਨ ਡਾਲਰ ਦੇ ਕਰੀਬ ਬਣਦੀ ਆ ਜਿਹੜੀ ਕਿ ਅਸੀਂ ਕੈਨੇਡਾ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਦੇ ਵਾਸਤੇ ਵਰਤਾਂਗੇ ਜਿਹੜੇ ਨਵੇਂ ਘਰ ਬਣਾਉਣ ਦਾ ਵਾਅਦਾ ਟੂਟੋ ਸਰਕਾਰ ਨੇ ਕੀਤਾ ਕਿ ਅਗਲੇ 64 ਸਾਲਾਂ ਦੇ ਵਿੱਚ ਅਸੀਂ 14 ਲੱਖ ਘਰ ਬਣਾਵਾਂਗੇ ਉਹ ਕਹਿੰਦੇ ਪੈਸਾ ਜਿਹੜਾ ਆ ਉਹ ਇੱਥੇ ਖਰਚਿਆ ਜਾਊਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ